ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ ਕਵਰ ਕਰਾਂਗੇ। ਨਿਰਵੈਰ ਪੰਨੂ ਦੀ LBE ਐਲਬਮ ਰਿਲੀਜ਼ ਹੋਏਗੀ 1 ਅਪ੍ਰੈਲ ਨੂੰ। ਨਿੰਜੇ ਦਾ ਟਰੈਕ ਰਿਲੀਜ਼ ਹੋਏਗਾ ਟੈਲੈਂਟ ਟਾਈਟਲ ਦੇ ਨਾਲ 3 ਅਪ੍ਰੈਲ ਨੂੰ। ਗਾਣੇ ਦਾ ਮਿਊਜ਼ਿਕ ਦੀਪ ਜੰਡੂ ਵੱਲੋਂ ਕੀਤਾ ਗਿਆ ਹੈ। ਗਿੱਪੀ ਗਰੇਵਾਲ, ਹੀਨਾ ਖਾਨ ਅਤੇ ਸ਼ਿੰਦਾ ਗਰੇਵਾਲ, ਉਹਨਾਂ ਦੀ ਮੂਵੀ ਰਿਲੀਜ਼ ਹੋਏਗੀ। ਸ਼ਿੰਦਾ ਨੂੰ ਪਾਪਾ ਟਾਈਟਲ ਦੇ ਨਾਲ ਮੂਵੀ ਦੀ ਫਸਟ ਲੁੱਕ ਸ਼ੇਅਰ ਕਰ ਦਿੱਤੀ ਗਈ ਹੈ। ਮੂਵੀ ਰਿਲੀਜ਼ ਹੋਏਗੀ 10 ਮਈ ਨੂੰ। ਇਹਦੇ ਨਾਲ ਹੀ ਦੋਸਤੋ, ਜੀ ਖਾਨ ਦਾ ਵੀ ਗਾਣਾ ਰਿਲੀਜ਼ ਹੋ ਚੁੱਕਿਆ ਹੈ ਅੱਛਾ ਟਾਈਟਲ ਦੇ ਨਾਲ। ਅੱਗੇ ਵੱਧਦੇ ਦੀ ਗੱਲਬਾਤ ਆਪਾਂ ਸ਼ੁਭ ਦੀ ਕਰ ਲੈਂਦੇ ਹਾਂ। ਸ਼ੁਭ ਦਾ ਦੋਸਤੋ ਸਰਪ੍ਰਾਈਜ਼ ਟਰੈਕ ਰਿਲੀਜ਼ ਕੀਤਾ ਗਿਆ ਹੈ ਬੰਡਾਣਾ ਟਾਈਟਲ ਦੇ ਨਾਲ। ਸ਼ੁਭ ਦਾ ਬੇਸ਼ੱਕ ਦੋਸਤੋ ਕਾਫੀ ਵਿਰੋਧ ਕੀਤਾ ਗਿਆ ਸੀ, ਪਰ ਵਿਰੋਧ ਦੇ ਬਾਵਜੂਦ ਵੀ ਸ਼ੁਭ ਦੇ ਗਾਣੇ ਸੋਸ਼ਲ ਮੀਡੀਆ ਵਗੈਰਾ ਉੱਤੇ ਛਾਏ ਰਹਿੰਦੇ ਹਨ। ਵੱਡੇ ਚਾਰਟਸ ਦੇ ਉੱਤੇ ਸ਼ੁਭ ਦੇ ਗਾਣੇ ਦੇਖਣ ਨੂੰ ਮਿਲਦੇ ਹਨ। ਹੁਣ ਦੋਸਤੋ ਗੱਲਬਾਤ ਬੰਡਾਣਾ ਗਾਣੇ ਦੀ ਕਰਾਂਗੇ। ਹਜੇ ਗਾਣਾ ਕੱਲ੍ਹ ਰਿਲੀਜ਼ ਕੀਤਾ ਗਿਆ ਹੈ। ਅੱਜ ਦੋਸਤੋ ਸਪੋਟੀਫਾਈ ਦੇ ਟੌਪ ਸੌਂਗ ਇੰਡੀਆ ਚਾਰਟ ਦੇ ਵਿੱਚ ਵੀ ਇਸ ਗਾਣੇ ਨੇ ਐਂਟਰੀ ਕੀਤੀ ਹੈ ਅਤੇ ਇਹ ਗਾਣਾ 36ਵੇਂ ਨੰਬਰ ਦੇ ਉੱਤੇ ਆ ਚੁੱਕਿਆ ਹੈ ਅਤੇ ਇਹ ਸਪੋਟੀਫਾਈ ਦੇ ਇਸ ਚਾਰਟ ਦੀ ਅੱਜ ਦੀ ਹਾਈਐਸਟ ਐਂਟਰੀ ਹੈ। ਇਹਦੇ ਨਾਲ ਹੀ ਦੋਸਤੋ ਐਪਲ ਮਿਊਜ਼ਿਕ ਦੇ ਚਾਰਟ ਦੇ ਉੱਤੇ ਵੀ ਇਹ ਗਾਣਾ 23ਵੇਂ ਨੰਬਰ ਦੇ ਉੱਤੇ ਆ ਚੁੱਕਿਆ ਹੈ। ਕਿਤੇ ਨਾ ਕਿਤੇ ਕਹਿ ਲਈਏ ਤਾਂ ਗਾਣਾ ਜਿਹੜਾ ਉਹ ਕਾਫੀ ਵਧੀਆ ਪਰਫੋਰਮ ਕਰ ਰਿਹਾ ਹੈ। ਬਾਕੀ ਦੋਸਤੋ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਗਾਣਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ। ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਹੋਈਆਂ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।